ਭਾਜੀ ਰਾਤੀ ਚਾਰ ਜਣੇ ਆਏ ਆ, ਟੋਟਲ ਸੱਤ ਜਣੇ ਸੀ ਅਤੇ ਭਾਈ ਗੱਡੀ ਦਾ ਇੱਦਾਂ ਪਿੱਛਾ ਕਰਦੇ ਆਉਂਦੇ ਸੀ ਅਤੇ ਭਾਜੀ ਜਿਹੜੇ ਤਿੰਨ ਜਣੇ ਸੀ ਉਹ ਸਿੱਧੇ ਚੱਲ ਗਏ ਆ ਅਤੇ ਜਿਹੜੇ ਚਾਰ ਜਣੇ ਆਏ ਆ ਉਹਨਾਂ ਆਉਂਦੇ ਸ਼ੂਟ ਸ਼ੁਰੂ ਕਰਤਾ ਵਾ ਭਾਈ, ਗੋਲੀਆਂ ਉਹਨਾਂ ਨੇ ਸ਼ੀਸ਼ੇ 'ਚ ਉੱਪਰ ਵਾਹਵਾ ਹੀ ਮਾਰੀਆਂ ਸੀ ਅਤੇ ਛੋਟੀ ਗੁੜੀਆ ਸੀ 3 ਕੁ ਸਾਲ ਦੀ ਅਤੇ ਸਰ ਉਹ ਤਾਂ ਬਚਾ ਗਿਆ ਪਰ ਪਾਪਾ ਦੀ ਕੀ ਗੱਲ ਹੋਈ ਆ ਜੀ? ਸਰ ਮੈਂ ਆਏ ਆ 12:15 ਆਏ ਆ, ਮੈਨੂੰ ਦਰਵਾਜ਼ਾ ਖੋਲਿਆ ਵਾ ਅਤੇ ਉਹਨੇ ਮੈਨੂੰ ਗਾੜੀ ਮੋਟਰਸਾਈਕਲ ਲਿਆਂਦਾ ਮੁੰਡਿਆਂ ਨੇ ਗੋਲੀਆਂ ਮਾਰ ਕੇ ਚੱਲ ਗਿਆ, ਮੈਂ ਮਗਰ ਭੱਜੀ ਹਾਂ ਅਤੇ ਮੇਰੇ ਨੂੰ ਪਿਸਤਲ ਵਿਖਾਇਆ ਉਹਨਾਂ ਨੇ। ਹਾਂਜੀ, ਕੀ ਨਾਮ ਜੀ? ਗਗਨਦੀਪ ਸਿੰਘ ਭਾਜੀ। ਕੀ ਗੱਲ ਹੋਈ ਆ ਜੀ? ਭਾਜੀ ਰਾਤੀ ਚਾਰ ਜਣੇ ਆਏ ਆ, ਟੋਟਲ 7 ਜਣੇ ਸੀ ਅਤੇ ਭਾਈ ਗੱਡੀ ਦਾ ਇੱਦਾਂ ਪਿੱਛਾ ਕਰਦੇ ਆਉਂਦੇ ਸੀ ਅਤੇ ਭਾਜੀ ਜਿਹੜੇ 3 ਜਣੇ ਸੀ ਉਹ ਸਿੱਧੇ ਚੱਲ ਗਏ ਆ ਅਤੇ ਜਿਹੜੇ ਚਾਰ ਜਣੇ ਆਏ ਆ ਉਹਨਾਂ ਆਉਂਦੇ ਸ਼ੂਟ ਸ਼ੁਰੂ ਕਰਤਾ ਵਾ ਭਾਈ, ਗੋਲੀਆਂ ਉਹਨਾਂ ਨੇ ਸ਼ੀਸ਼ੇ 'ਚ ਉੱਪਰ ਵਾਹਵਾ ਹੀ ਮਾਰੀਆਂ ਸੀ ਅਤੇ ਛੋਟੀ ਗੁੜੀਆ ਸੀ 3 ਕੁ ਸਾਲ ਦੀ ਅਤੇ ਸਰ ਉਹ ਤਾਂ ਬਚਾ ਗਿਆ ਪਰ ਪਾਪਾ ਦੀ ਡੈਥ ਹੋ ਗਈ। ਨਹੀਂ ਸਰ ਮੈਂ ਨਹੀਂ ਹੈਗਾ ਜੀ। ਕਿੰਨੇ ਕੁ ਵਜੇ ਦੀ ਗੱਲ ਹੈ? 12:15 ਹੈਗੀ ਹੈ ਤੇ ਕੁੜੀ ਨਾਲ ਹੀ ਉਸ ਟਾਈਮ ਤੇ ਜਦੋਂ ਇਹ ਵਾਰਦਾਤ ਹੋਈ। ਬੰਦੇ ਤੁਹਾਨੂੰ ਡਾਊਟ ਹੈ ਕਿ ਇਸ ਤੇ ਕਿਹੜੇ ਹੋ ਸਕਦੇ? ਸਾਡੇ ਮਹੱਲੇ 'ਚੋਂ ਹੀ ਇੱਕ ਲੇਡੀਸ ਰੱਖੀ ਉਹਨੇ, ਉਹਦਾ ਮੇਰੇ ਬੇਟੇ ਦੇ ਸੱਕ ਮੈਨੂੰ ਉਹਦੇ ਬੇਟੇ ਨੇ ਕਰਵਾਇਆ ਸਭ ਕੁਛ। ਡੈਡੀ ਤੇਰਾ ਕਿਸ ਚੀਜ਼? ਨਾਮ ਜੀ? ਮੇਰਾ ਨਾਮ ਮਾਨੀ ਹੈ ਸਰ। ਕੀ ਗੱਲ ਹੋਈ ਆ ਜੀ ਰਾਤੀ? ਸਰ ਮੈਂ ਆਏ ਆ 12:15 ਆਏ ਆ, ਮੈਨੂੰ ਦਰਵਾਜ਼ਾ ਖੋਲਿਆ ਵਾ ਅਤੇ ਉਹਨੇ ਮੈਨੂੰ ਗਾੜੀ ਮੋਟਰਸਾਈਕਲ ਲਿਆਂਦਾ ਮੁੰਡਿਆਂ ਨੇ ਗੋਲੀਆਂ ਮਾਰ ਕੇ ਚੱਲ ਗਿਆ, ਮੈਂ ਮਗਰ ਭੱਜੀ ਹਾਂ ਅਤੇ ਮੇਰੇ ਨੂੰ ਪਿਸਤਲ ਵਿਖਾਇਆ ਉਹਨਾਂ ਨੇ, ਮੁੜ ਕੇ ਸਿੱਧਾ ਚੱਲ ਗਿਆ। ਕਿੰਨੇ ਜਾਣੇ ਸੀ ਟੋਟਲ? 3-4 ਜਣੇ ਹੈਗੇ ਸੀ। ਉਹ ਗਏ ਕਿਹੜੀ ਸਾਈਡ? ਇਹ ਸਿੱਧਾ ਗੋਲੀਆਂ ਮਾਰ ਕੇ ਸਿੱਧਾ ਐਣ ਚੱਲ ਗਏ ਕਾਹ ਮੰਡੀ ਵਾਲੀ। ਕਾਹ ਮੰਡੀ ਚੋਂ? ਹਾਂਜੀ। ਕਿਸੇ ਦੀ ਪਹਿਚਾਣ ਵਗੈਰਾ ਹੋਈ? ਨਹੀਂ ਸਰ, ਮੈਨੂੰ ਕੋਈ ਨਹੀਂ, ਉਹਨਾਂ ਨੇ ਮੂੰਹ ਕਵਰ ਕੀਤੇ ਸਾਰੇ। ਤੁਹਾਨੂੰ ਕਿਸੇ ਤੇ ਸ਼ੱਕ ਹੈਗਾ? ਮੈਨੂੰ ਉਹਨਾਂ ਦੇ ਬੇਟੇ ਤੇ ਸ਼ੱਕ ਆ, ਉਹਦਾ ਨਾ ਬੇਟਾ ਉਹਨੇ ਲੇਡੀਜ਼ ਰੱਖੀ ਉਹਦਾ ਮੱਲੇ ਆਡੇ 7 ਵਾਰਡ ਦੀ। ਕਿੰਨਾ ਦਾ ਬੇਟਾ ਵਾ? ਕੌਣ ਨੇ ਉਹਨੇ ਲੇਡੀਜ਼ ਰੱਖੀ? ਭਾਜੀ ਮੇਰੇ ਨਾਲ ਦੀ ਨੇ ਹਸਪੈਂਡ ਨੇ ਬੁੱਢੀ ਰੱਖੀ ਬਾਹਰ, ਉਹਨਾਂ ਦੇ ਬੇਟੇ ਨੇ ਕਰਵਾਇਆ ਸਭ ਕੁਛ। ਉਹ ਕਿੱਥੋਂ ਦੇ ਰਹਿਣ ਵਾਲੇ? ਉਹ 7 ਵਾਰਡ ਦੇ। ਜੋ ਕੀ ਨਾਮ ਕੀ ਉਹਨਾਂ ਦਾ? ਉਹਨਾਂ ਦਾ ਨਾਂ ਕਵਲਜੀਤ ਕੌਰ। ਕੋਈ ਪੁਲਿਸ ਵੱਲੋਂ ਕਾਰਵਾਈ ਕੀਤੀ? ਹਾਂਜੀ, ਉਹ ਲੈ ਕੇ ਗਏ, ਉਹਨਾਂ ਨੂੰ ਪੁੱਛਗਿੱਛ ਹੋ ਰਹੀ ਆ। ਤੁਸੀਂ ਵੀ ਪਹਿਲਾਂ 7 ਵਾਰ ਰਹਿੰਦੇ ਸੀ? ਨਹੀਂ ਸਰ, ਮੈਂ ਤਾਂ ਇੱਥੇ ਰਹਿੰਦੀ ਸੀ, ਇੱਥੇ ਰੈਂਟ 'ਤੇ ਰਹਿੰਦੀ, ਉੱਥੇ ਆਪਣੇ ਉਹ ਘਰ ਰਹਿੰਦੇ। ਤੁਹਾਡੇ ਘਰ ਵਾਲਾ ਜਿਹੜਾ ਵਾ ਉਹ ਮੇਰੇ ਨਾਲ ਹੀ ਰਹਿੰਦੇ ਸੀ ਇੱਥੇ? 7 ਵਾਰ ਦੇ ਰਹਿਣ? ਹਾਂਜੀ ਹਾਂਜੀ, 7 ਵਾਰ ਦੇ ਰਹਿਣ ਵਾਲੇ। ਬਾਕੀ ਪਰਿਵਾਰ 7 ਵਾਰ ਦੇ ਵਿੱਚ? ਹਾਂਜੀ, ਉਹ ਘਰੇ ਉੱਧਰ। ਗੁਰੂ ਜਿਹੜਾ ਗੁਰੂ ਰਾਮਦਾਸ ਵੱਲਾ ਹਸਪਤਾਲ ਹੈ, ਉੱਥੋਂ ਕਾਲ ਆਈ ਕਿ ਇੱਕ ਬੰਦਾ ਬਰਾਉਡਡ ਆਇਆ ਜਿਹਦੇ ਪਿਸਟਲ ਦੀਆਂ ਗੋਲੀਆਂ ਲੱਗੀਆਂ। ਜੋ ਅਸੀਂ ਮੌਕੇ 'ਤੇ ਪਹੁੰਚੇ ਹਾਂ ਉੱਥੋਂ ਅਸੀਂ ਬਿਆਨ ਲਏ ਉਹਨਾਂ ਦੇ, ਉਹਨਾਂ ਦੱਸਿਆ ਵੀ ਜਿਹੜਾ ਇੱਥੇ 2 ਮੋਟਰਸਾਈਕਲ ਅਤੇ 4 ਲੜਕੇ ਆਏ ਨੇ ਅਤੇ ਜਦੋਂ ਇਹ ਜਿਹੜਾ ਰਾਮਚਰਨ ਹੈ ਆਪਣੇ ਘਰ ਐਂਟਰ ਕਰਨ ਲੱਗਾ ਆਪਣੀ ਗੱਡੀ ਚਿੰਨ੍ਹ ਗੱਡੀ 'ਤੇ, ਉਸ ਟਾਈਮ ਉਹ ਮੁੰਡੇ ਪਿੱਛੋਂ ਆਏ ਨੇ ਅਤੇ ਸ਼ਾਇਦ ਪਹਿਲਾਂ ਹੀ ਉੱਥੇ ਕਾਫੀ ਦੇਰ ਤੋਂ ਖੜ੍ਹੇ ਸੀ, ਉਹਦੀ ਮਤਲਬ ਵੇਟ ਕਰ ਰਹੇ ਅਤੇ ਉਹਨਾਂ ਨੇ ਗੋਲੀਆਂ ਮਾਰੀਆਂ। ਗੱਡੀ ਦੇ ਵਿੱਚ ਕਿੰਨੇ ਜਣੇ? ਗੱਡੀ ਦੇ ਵਿੱਚ ਉਹਦੀ ਇੱਕ ਬੱਚੀ ਸੀ ਛੋਟੀ ਅਤੇ ਬੱਚੀ ਨੂੰ ਤਾਂ ਬਿਲਕੁਲ ਉਹਦਾ ਬਚਾਅ ਹੋ ਗਿਆ ਜੀ, ਉਹਦੇ ਕੋਈ ਚਲੋ ਸੱਟ ਨਹੀਂ ਆਈ, ਬਟ ਉਹਦੇ ਲੜਕੇ ਦੇ ਕਾਫੀ 5-6 ਗੋਲੀਆਂ। ਹਾਂਜੀ,